ਵਿਰਾਸਤੇ ਤੁਸੀਂ ਸੁਣ ਰਹੇ ਹੋ ਰਾਜਕੌਰ ਕਮਾਲ ਦੀ ਲਿਖੀ ਹੋਈ ਕਹਾਣੀ ਟੂਣਾ ਮੰਗਲਵਾਰ ਦਾ ਦਿਨ ਸੀ ਦਿਨ ਦੇ ਛਪਾਜੇ ਨਾਲ ਜੈਲਾ ਤੇ ਉਸ ਦਾ ਪੱਈਆ ਟਰੈਕਟਰ ਲੈ ਕੇ ਖੇਤਾਂ ਵੱਲ ਜਾ ਰਹੇ ਸਨ ਪਹੇ ਦੇ ਨੇੜੇ ਬੰਜਰ ਰੇਤਲਾ ਜਿਹਾ ਟਿੱਬਾ ਸੀ ਟਿੱਬੇ ਤੇ ਉੱਗੀ ਕਾਹੀ ਚ ਉਹਨਾਂ ਨੂੰ ਕੁਝ ਹਿਲਦਾ ਨਜ਼ਰ ਆਇਆ ਜੈਲੇ ਨੇ ਇੱਕਦਮ ਟਰੈਕਟਰ ਰੋਕ ਲਿਆ ਤੇ ਪੱਈਏ ਨੂੰ ਹੇਠਾਂ ਉਤਰ ਕੇ ਦੇਖਣ ਲਈ ਆਖਿਆ ਉੱਥੇ ਨਾਰੀਅਲ ਤੇ ਕੁਝ ਸੰਦੂਰ ਪਿਆ ਦੇਖ ਕੇ ਪੱਈਏ ਨੇ ਜੈਲੇ ਨੂੰ ਦੱਸਿਆ ਕੀ ਇੱਥੇ ਤਾਂ ਕਿਸੇ ਦਾ ਟੂਣਾ ਕੀਤਾ ਹੋਇਆ ਓਏ ਤੂੰ ਉਧਰ ਅੱਗੇ ਨੂੰ ਹੋ ਕੇ ਦੇਖ ਕੋਈ ਕਾਲੀ ਜਿਹੀ ਚੀਜ਼ ਨਜ਼ਰੀ ਆਉਂਦੀ ਹੈ ਜੈਲੇ ਨੇ ਟਰੈਕਟਰ ਤੇ ਬੈਠੇ ਨੇ ਹੁਕਮ ਦਿੱਤਾ ਪਈਆ ਡਰਦਾ ਡਰਦਾ ਅੱਗੇ ਵਧਿਆ ਥੋੜੀ ਹੋਰ ਅੱਗੇ ਦੇਖ ਕੇ ਕਿਹਾ ਸਰਦਾਰ ਜੀ ਇਹ ਤਾਂ ਕਾਲੇ ਰੰਗ ਦਾ ਮੁਰਗਾ ਹੈ ਇਸ ਦੇ ਪੈਰ ਬੰਨੇ ਹੋਏ ਨੇ ਬਸ ਚੋਕਲਾ ਰੱਬ ਦਾ ਨਾਮ ਲੈ ਕੇ ਫੇਰ ਨਾਲੇ ਪੁੰਨ ਦੀ ਗਾਂ ਦੇ ਕੀ ਦੰਦ ਦੇਖੀਦੇ ਨੇ ਜੈਲੇ ਨੇ ਆਲਾ ਦਵਾਲਾ ਦੇਖ ਕੇ ਖੁਸ਼ੀ ਦੇ ਰੌਂਚ ਗਿਆ ਪਈਏ ਨੇ ਮੁਰਗਾ ਚੋਕ ਲਿਆ ਬਸ ਮਿਤਰਾ ਮਰੋੜ ਲੈ ਗਰਦਨ ਮਾਲ ਤਾਂ ਆਪਾਂ ਨੂੰ ਮੁਫਤੋ ਮੁਫਤੀ ਮਿਲ ਗਿਆ ਆਪਾਂ ਤਾਂ ਹੁਣ ਮਸਾਲਾ ਹੀ ਪਾਉਣਾ ਭਲਾ ਹੋਵੇ ਉਹਦਾ ਜਿਨੇ ਆਪਣੇ ਗ੍ਰਹਿ ਟਾਲਣ ਲਈ ਆ ਮੁਰਗਾ ਸਾਡੇ ਵਾਸਤੇ ਛੱਡਿਆ ਓਏ ਇਹ ਹੁਣ ਸੁੱਕਾ ਕਿਵੇਂ ਲੰਘੂ ਇੱਥੇ ਦਾਰੂ ਦੀ ਬੋਤਲ ਵੀ ਜ਼ਰੂਰ ਹੋਣੀ ਐ ਜ਼ਰਾ ਅੱਗੇ ਹੋ ਕੇ ਵੇਖ ਜੈਲੇ ਨੇ ਪਈਏ ਨੂੰ ਕਿਹਾ ਭਾਵੇਂ ਸ਼ਰਾਬ ਦੀ ਬੋਤਲ ਤਾਂ ਉਹਨਾਂ ਨੂੰ ਨਾ ਮਿਲੀ ਪਈਏ ਨੇ ਮਿੰਟਾਂ 'ਚ ਮੁਰਗੇ ਦੇ ਖੰਭ ਪੋਟ ਕੇ ਉਹ ਮਾਰੇ ਹੁਣ ਨਾਲੇ ਉਹ ਮੁਰਗਾ ਖਾਈ ਜਾ ਰਹੇ ਸਨ ਨਾਲੇ ਕਾਲੇ ਮੁਰਗੇ ਦੀਆਂ ਸਿਫਤਾਂ ਦੇ ਪੋਲ ਬਣ ਰਹੇ ਸਨ ਬਈ ਇੱਕ ਗੱਲ ਤਾਂ ਹੈ ਐਨਾ ਸਵਾਦ ਮੁਰਗਾ ਅੱਜ ਤੱਕ ਨਹੀਂ ਖਾਦਾ ਅੱਜ ਤਾਂ ਇਹ ਗੱਲ ਹੋਈ ਬਈ ਰੱਬ ਨੇ ਦਿੱਤੀਆਂ ਗਾਜਰਾਂ ਵਿੱਚੇ ਰੰਬਾ ਰੱਖ ਹੁਣ ਉਹ ਆਉਂਦੇ ਜਾਂਦੇ ਹਰੇਕ ਟੂਨੇ ਨੂੰ ਬੜੀ ਆਸ ਦੀ ਨਜ਼ਰ ਨਾਲ ਦੇਖਦੇ ਅੱਜ ਹੀ ਡਾਊਨਲੋਡ ਕਰੋ ਵਿਰਾਸਤ ਐਪ ਪਲੇ ਸਟੋਰ ਅਤੇ ਐਪ ਸਟੋਰ ਉੱਪਰ ਉਪਲਬਧ